ਇਹਦੇ ਵਾਸਤੇ ਜ਼ਿਆਦਾ ਲੜਾਈ ਹੋਈ ਹੈ। ਦਸਮ ਪਾਤਸ਼ਾਹ ਕਹਿੰਦੇ ਸੱਤਰ ਸਭੈ ਕਿਰਤ ਵਿਪਨ ਕੀ, ਛੱਤਰੀ ਜਿਹੜੇ ਨੇ ਇਹ ਵਿਪਨ ਵਾਲੇ ਬੰਬਣ ਵਾਲੇ ਕੰਮ ਇਹ ਕਰਦੇ ਨੇ। ਹੁਣ ਦੇਖੋ ਵੈਸ ਵੀ ਨੇ ਸ਼ੂਦਰ ਵੀ ਨੇ ਨਾਲ ਗੁਰੂ ਸਾਹਿਬ ਦੇ ਪੰਜ ਪਿਆਰਿਆਂ 'ਚ ਹੈ ਨਹੀਂ, ਕਹਿ ਰਹੇ ਨੇ ਛੱਤਰੀ ਸਾਰਿਆਂ ਨੂੰ। ਉਹ ਛੋਟੀ ਗੱਲ ਨਹੀਂ ਹੈ ਇਹ ਗੱਲਾਂ ਅਸੀਂ ਦੱਸਾਂਗੇ ਜਿਹੜੀਆਂ ਸੀਨੇ ਪਸੀਨੇ ਨੇ ਦਸਮ ਗ੍ਰੰਥ 'ਚ ਨੇ। ਇਹ ਦਸਮ ਗ੍ਰੰਥ 'ਚੋਂ ਬਿਨਾਂ ਕਿਵੇਂ ਪਤਾ ਲੱਗੂਗਾ? ਲੜਾਈ ਹੋਈ ਹੈ ਦਸਮ ਪਾਤਸ਼ਾਹ ਜੰਗ ਦੀ ਝਗੜੇ ਦੀ, ਇਹ ਉਹ ਦਸਮ ਦੇ ਇਤਿਹਾਸ 'ਚੋਂ ਪਤਾ ਲੱਗੂਗਾ। ਆਹ ਤਾਂ ਉਦੋਂ ਪਹਿਲਾਂ ਦਾ, ਇਹ ਤਾਂ ਪੰਜਮ ਪਾਤਸ਼ਾਹ ਦੀ ਸ਼ਹੀਦੀ ਤੋਂ ਪਹਿਲਾਂ ਦੀ ਹੈ ਤੁਹਾਡੇ ਕੋਲ। ਪਿਛਲਾ ਇਤਿਹਾਸ ਤੁਹਾਡਾ ਕੌਣ ਦੱਸੂਗਾ? ਕਿਹੜਾ ਗੁਰੂ ਦੱਸੂ? ਗੁਰੂ ਵਾਲਾ ਪ੍ਰਮਾਣ ਕਰਨਾ ਸੀ, ਬੰਦੇ ਵਾਲਾ ਨਹੀਂ ਕਰਨਾ ਪ੍ਰਮਾਣ। ਬੰਦੇ ਵਾਲਾ ਪ੍ਰਮਾਣ ਜਿਹੜਾ ਇਤਿਹਾਸ ਗਲਤ ਹੋ ਸਕਦਾ। ਗੁਰੂਆਂ ਨੇ ਇਤਿਹਾਸ ਦਿੱਤਾ ਜਿਹੜਾ ਉਹ ਸਾਡੇ ਕੋਲ ਹੈ, ਉਹ ਜੋ ਅਸੀਂ ਆਪਣੇ ਮਤਲਬ ਦੇ ਨੁਕਤੇ ਦੇਖ ਲੈਣੇ ਵੀ ਗੱਲ ਕੀ ਹੈ। ਤਿੰਨ ਸਵੱਈਏ ਨੇ ਜੀ ਵਸੀਅਤ ਵੀ ਕੀਤੀ ਹੈ ਗੁਰੂ ਗ੍ਰੰਥ ਦਸਮ ਗ੍ਰੰਥ ਦੇ ਐਨ ਮੱਧ ਵਿੱਚ ਨੇ ਵਿਚਾਲੇ, ਉਹ ਜੀ ਵਸੀਅਤ ਕੀਤੀ ਹੈ ਖਾਲਸੇ ਨੂੰ। ਖਾਲਸਾ ਦੇ ਵਿੱਚ ਦੇਖੋ, ਖਾਲਸੇ 'ਚ ਬ੍ਰਾਹਮਣ ਵੀ ਨੇ, ਸਤੀਦਾਸ ਮਤੀਦਾਸ ਉਹਨੇ ਬ੍ਰਾਹਮਣ, ਵਿਦਿਆ ਗੁਰੂ ਬ੍ਰਾਹਮਣ ਦਸਮ ਪਾਤਸ਼ਾਹ ਦਾ। ਜਿਹੜੇ ਛੱਤਰੀ ਦਸਮ ਪਾਤਸ਼ਾਹ ਨੇ ਬਣਾਇਆ ਖਾਲਸਾ, ਇਹ 'ਚ ਚਾਰ ਹੀ ਵਰਣ ਨੇ, ਚਾਰ ਵਰਣ ਇੱਕ ਵਰਣ ਕਰਾਉਣ ਇੱਕੋ ਵਰਣ ਕਰਾ ਦਿੱਤਾ। ਇਹ ਛੱਤਰੀ ਵੀ ਨੇ, ਆਪ ਛੱਤਰੀ ਨੇ, ਛੋਟੀਆਂ 'ਚੋਂ ਵੇਦੀਆਂ 'ਚੋਂ ਛੱਤਰੀ ਨੇ, ਉਹ 'ਚੋਂ ਆਏ ਹੋਏ ਨੇ। ਬ੍ਰਾਹਮਣ ਵੀ ਨੇ, ਸ਼ੂਦਰ ਵੀ ਨੇ, ਵੈਸ ਵੀ ਨੇ, ਚਾਰੇ ਵਰਣ ਨੇ। ਚਾਰਾਂ ਨੂੰ ਅੰਮ੍ਰਿਤ ਛਕਾ ਕੇ ਚਾਰਾਂ ਨੂੰ ਕਿਰਪਾਨਾਂ ਚੋਲੇ ਪਾ ਕੇ ਚਾਰਾਂ ਨੂੰ ਕਹਿਤਾ। ਆਪ ਇਹਨਾਂ ਨਾਲ ਲੜਾਈ ਲੜੀ ਬਾਈਧਾਰੀਆਂ ਨੇ, ਜਿਹੜੇ ਵਿਰੋਧ ਕਰਦੇ ਸੀ ਅਸੀਂ ਨਹੀਂ ਪੜਦੇ, ਇਸ ਗੱਲ ਦਾ ਵਿਰੋਧ ਸੀ ਬਹੁਤਾ ਜ਼ਿਆਦਾ ਬਾਈਧਾਰੀਆਂ ਦਾ। ਪੰਡਿਤ ਨੂੰ ਮੌਕਾ ਮਿਲ ਗਿਆ, ਪੰਡਿਤ ਕਹਿੰਦਾ ਪਹਿਲਾਂ ਤਾਂ ਸਾਡੇ 'ਤੇ ਅਟੈਕ ਸੀ ਫਿਲੋਸਫੀਕਲ, ਹੁਣ ਤਾਂ ਤੇਰੀ ਡਰੈਸ 'ਤੇ ਅਟੈਕ ਹੋ ਗਿਆ ਛੱਤਰੀਆਂ 'ਤੇ। ਛੱਤਰੀ ਅਰ ਪੰਡਿਤ ਇਕੱਠੇ ਹੋ ਗਏ, ਅਤੇ ਛੱਤਰੀ ਕੋਲ ਤਲਵਾਰ ਸੀ, ਰਾਜ ਸੀ, ਪੰਡਿਤ ਕੋਲ ਕਲਮ ਸੀ, ਫਿਲੋਸਫੀ ਸੀ। ਉੱਧਰ ਕੱਟੜਵਾਦ ਇਸਲਾਮ ਦਾ ਉਹਦੇ ਖਿਲਾਫ ਸੀ, ਉਹ ਦੁਆ ਉਹਨਾਂ ਨੇ ਖਿਲਾਫ ਕਰ ਲਏ, ਮੌਲਵੀਆਂ ਨੇ ਰਾਜਾ ਖਿਲਾਫ ਕਰ ਲਿਆ ਮੁਸਲਮਾਨ, ਤਾਂ ਇਕੱਠੇ ਹੋਏ ਸੀ। ਸਲੋਕ ਆਵਣ ਆਏ ਸ੍ਰਿਸ਼ਟੀ ਮੈਂ ਬਿਨ ਬੂਝੇ ਪਸ਼ਟੋਰ, ਆਵਣ ਆਏ ਸ੍ਰਿਸ਼ਟ ਮੈਂ, ਕਹਿੰਦੇ ਆਪਾਂ ਆਏ ਹਾਂ ਸ੍ਰਿਸ਼ਟ, ਆਉਣਾ ਹੀ ਸੀ, ਆਉਣਾ ਤਾਂ ਜਾਇਜ਼ ਸੀ ਆਪਣਾ, ਆ ਗਏ ਸਾਰੇ, ਪਰ ਕੀ ਕਰਨ ਆਏ ਹਾਂ? ਕੁਝ ਬੁੱਝਣ ਆਏ ਹਾਂ ਇੱਥੇ। ਦੇਖੋ ਪੜ੍ਹ, ਕਿਤੇ ਪੜ੍ਹ ਨੂੰ ਸੁਣ ਨੂੰ ਬਾਣੀ ਵੀ ਕਿਹਾ, ਪਰ ਇੱਥੇ ਬੁੱਝਣ, ਸ੍ਰਿਸ਼ਟੀ 'ਚ ਆ ਕੇ ਜੇ ਬੁੱਝਿਆ ਨਾ, ਬੁੱਝਣਾ ਕੀ ਹੈ ਕਿ ਸ੍ਰਿਸ਼ਟੀ ਦੇ ਵਿੱਚ ਜਿਹੜਾ ਮੇਰਾ ਸਰੀਰ ਹੈ ਇਹ 'ਚ ਮੈਂ ਕੀ ਹਾਂ, ਸਰੀਰ ਕੀ ਹੈ, ਜੋੜ ਕਿੱਥੇ? ਇੱਕ ਤਾਂ ਚੇਤਨ ਹੈ ਕਿ ਜੜ ਹੈ, ਮੈਂ ਕਿੱਥੇ ਤੱਕ ਹਾਂ, ਕਿੱਥੋਂ ਬਾਹਾਂ ਸਰੀਰ ਸ਼ੁਰੂ ਹੋ ਜਾਂਦਾ? ਇਹ ਤਨ ਵਿੱਚੋਂ ਮਨ ਦੇਖਣਾ, ਇਹ ਬੁੱਝਣਾ, ਤੱਤ ਬੁੱਝਣਾ, ਸੱਚ ਬੁੱਝਣਾ, ਇਹ 'ਚੋਂ ਝੂਠ ਨੇ ਪੁਰਾਣਾ ਹੋਣਾ, ਸਰੀਰ ਪੁਰਾਣਾ ਹੁੰਦਾ, ਹੁੰਦਾ ਨਾ ਹੁੰਦਾ, ਸਰੀਰ ਹੁੰਦਾ ਪੁਰਾਣਾ, ਜੋ ਚੀਜ਼ ਪੁਰਾਣੀ ਹੁੰਦੀ ਉਹ ਸੱਚ ਨਹੀਂ ਹੈ। ਮੈਂ ਜਿਉਣਾ ਚਾਹੁੰਦਾ, ਸਰੀਰ ਕਹਿੰਦਾ ਮੇਰੀ ਬਸ ਹੋ ਗਈ, ਮੇਰਾ ਸਫ਼ਰ ਰਹਿੰਦਾ, ਬਹੁਤ ਜਵਾਬ ਦੇ ਕੇ ਮੈਂ ਤਾਂ ਦਿੱਲੀ ਪਹੁੰਚਣਾ, ਬਹੁਤ ਜਾ ਕੇ ਚੜ੍ਹ 30 ਕਿਲੋਮੀਟਰ 'ਤੇ, ਕਹਿੰਦੇ ਵੀ ਸਾਡੀ ਬੱਸ, ਬਹੁਤ ਬਦਲਣੇ ਪੈਣਗੇ ਨਾ, ਐਂ ਸਰੀਰ ਬਦਲਣਾ ਪਿਆ ਸਕਦਾ, ਬਦਲਣਾ ਪਿਆ, ਸਰੀਰ ਤਾਂ ਬਦਲਣਾ ਪੈ ਜੂਗਾ। ਸਾਡਾ ਸਫ਼ਰ ਲੰਬਾ ਹੈ, ਯਾਤਰਾ 'ਚ ਵਿਚਾਲੇ ਪਈ ਹੈ,
ਗੱਡੀ ਬਦਲਣੀ ਪਈ, ਗੱਡੀ ਉੱਥੇ ਤੱਕ ਜਾਂਦੀ ਸੀ, ਉਹ ਤੋਂ ਹੋਰ ਫੜ ਲਓ, ਉਹ ਜੇ ਤੱਕ ਉਹ ਗਈ ਹੋ ਗਈ, ਫਿਰ ਦੂਜੀ ਫੜ ਲਈ, ਤੀਜੀ ਫੜ ਲਈ, ਚੌਥੀ ਫੜ ਲਈ, ਪੰਜਵੀਂ ਫੜ ਲਈ, ਐਂ ਜੂਨਾ ਬਦਲਦੇ ਰਹੇ। ਬਦਲਦਾ ਜੂਨਾ ਕੌਣ ਰਿਹਾ, ਉਹ ਬੁੱਝਣ ਵਾਲੀ ਗੱਲ। ਜੂਨਾ ਤਾਂ ਦੀਆਂ ਨੇ ਸਾਰੀਆਂ ਸਾਡੇ ਸਾਹਮਣੇ ਹੀ ਨੇ, ਪਰ ਜਿਹੜਾ ਬਦਲਦਾ ਰਿਹਾ ਉਹ ਬੁੱਝਣਾ। ਮੈਂ ਬਦਲਦਾ ਰਿਹਾ, ਜਦ ਬੁੱਝ ਲਿਆ ਫਿਰ ਕੀ ਕਹਿੰਦਾ, ਹਾਂ ਆਇਆ ਦੂਰੋਂ ਚੱਲ ਕੇ, ਬੁੱਝ ਲਿਆ ਨਾ, ਉਹ ਤਾਂ ਬਹੁਤ ਦੂਰੋਂ ਆਇਆ ਚੱਲ ਕੇ, ਇਹਦਾ ਮਤਲਬ ਹੈ, ਇਹਦਾ ਮਤਲਬ 84 ਲੱਖ ਜੂਨ ਮੈਂ ਭੁਗਤੀ ਹੈ। ਪਸ਼ੂ ਪੰਛੀ ਬਿਰਖਾ ਸਤਾਵਰ ਬਹੁਤ ਜੋਨ ਪਰਮਿਆਤ ਬੁੱਝ ਕੇ ਗਿਆ। ਮੈਂ ਤੱਕੀ ਤੋ ਸੁਣ ਆਏ ਜੀ, ਕਿਹਦੀ ਛੜ ਤੱਕੀ, ਹੁਕਮ ਦੀ ਤੋ ਸੁਣ ਆਏ ਜੀ, ਕਿਉਂ ਤੱਕੀ, ਕੀ ਲੋੜ ਸੀ, ਇਹ ਆਸਾ ਕਿਤੋਂ ਨਹੀਂ ਸੀ ਪੂਰੀ ਹੁੰਦੀ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀ, ਮੈਂ ਐਸਾ ਹਕੀਮ ਡਾਕਟਰ ਲੱਭਿਆ ਜਿਹਦੇ ਕੋਲ ਉਹ ਦਵਾਈ ਆ ਜਿਹਦੇ ਨਾਲ ਸਾਰਾ ਹੀ ਦੁੱਖ ਦੂਰ ਹੋ ਜਾਣਾ, ਪੂਰੇ ਭਰਮ ਦਾ ਨਾਸ ਹੋ ਜਾਣਾ। ਇਹ ਤੱਤ ਵਸਤੂ ਤੇ ਬਿਨਾਂ ਬੁੱਝੇ ਤੇ ਬਿਨਾਂ ਭਰਮ ਦਾ ਨਾਸ ਨਹੀਂ ਹੁੰਦਾ, ਇਹ ਐਸਾ ਗਿਆਨ ਹੈ, ਜਦ ਇਹ ਸਮਝ ਆਉਂਦੀ ਹੈ ਤਾਂ ਭਰਮ ਦਾ ਨਾਸ ਹੋ ਜਾਂਦਾ। ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਗੁਰਮੁਖੀ ਸੋ ਬੁੱਝੈ ਜਾ ਕੇ ਭਾਗ ਮਥੋਰ, ਨਾਨਕ ਗੁਰਮੁਖੀ ਸੋ ਬੁੱਝੈ, ਕੋਈ ਗੁਰਮੁਖ ਬੁੱਝ ਲੈਂਦਾ, ਸਾਰੇ ਨਹੀਂ ਬੁੱਝ ਸਕਦੇ, ਜਾ ਕੇ ਭਾਗ ਮਥੋਰ, ਜਿਹੜਾ ਆਪਣਾ ਮੁਕੱਦਰ ਨੂੰ ਨਾ ਸਾਹਮਣੇ ਰੱਖ ਕੇ ਚੱਲੇ ਹਰ ਵਕਤ, ਆਪਣੇ ਮੁਕੱਦਰ ਨੂੰ ਆਪ ਬਣਾਉਂਦੇ, ਮੁਕੱਦਰ ਦਾ ਖਿਆਲ ਰੱਖੇ, ਜਿਹਨੂੰ ਮੁਕੱਦਰ ਕਹਿੰਦੇ ਨੇ, ਮੁਕੱਦਰ ਬਣਾਉਣਾ ਕੀ ਨੇ, ਆਪੇ ਬਣਾਉਣਾ, ਉੱਠੇ ਕੰਮ ਕਰੂਗਾ ਪੁੱਠਾ ਬਣ ਜੂਗਾ, ਸਿੱਧੇ ਕੰਮ ਕਰੂਗਾ ਸਿੱਧਾ ਬਣ ਜੂਗਾ, ਜਿਹੜੇ ਕੰਮ ਕਰਨਾ ਹੈ, ਜੇ ਸਕੂਲ ਪੜ੍ਹ ਜਾਂਦਾ ਪੜ੍ਹੇ, ਪੂਰਾ ਤਨ ਮਨ ਲਾ ਕੇ ਪੜ੍ਹੇ, ਜੇ ਪਰਮੇਸ਼ਰ ਨੇ ਬੁੱਧੀ ਦਿੱਤੀ ਹੈ ਚੰਗੀ ਤਾਂ ਉਹ ਟੋਪ ਕਰ ਜੂਗਾ, ਹਾਂ ਜੇ ਬੁੱਧੀ ਥੋੜ੍ਹੀ ਹੈ ਤਾਂ ਵੀ ਚਲੋ ਕੁਛ ਤਾਂ ਕਰੇਗਾ ਜੀ, ਤੈਨੂੰ ਜਿੰਨੀ ਕੁ ਬੁੱਧੀ ਦਿੱਤੀ ਹੈ ਓਨਾ ਕੇ ਠੂਠਾ, ਤੇਰੇ ਕੋਲ ਓਨਾ ਕੇ ਪਲਨੇ ਬਹੁਤ ਹੈ, ਗਾਹ ਨੂੰ ਜਾਣ ਹੋਰ ਮਿਲ ਜੂ, ਫਿਰ ਕੀ ਹੈ, ਲੱਗਿਆ ਹੀ ਜਿੰਨੀ ਕੁ ਜੇਬ ਓਨੀ ਕੇ ਭਰ ਕੇ ਲਿਜਾਊਗਾ, ਜਿੰਨਾ ਕੁ ਝੋਲਾ ਓਨੇ ਕੇ ਪੇਰ ਲੈ ਕੇ ਜਾਊਗਾ, ਉਹਨੂੰ ਭਰ ਕੇ ਹੁਣ ਕੀ ਕਰੂਗਾ, ਜਿੰਨਾ ਕੁ ਤੁਹਾਡੇ ਕੋਲ ਥੈਲਾ ਹੈ ਸੌਦਾ ਪਾਉਣ ਨੂੰ ਹੈ, ਉੱਡਾ ਕੇ ਲੈ ਕੇ ਜਾਊਗਾ ਭਰ ਕੇ, ਨਾ ਜਿੱਡੀ ਗੂਣ ਆ ਉਹਨਾਂ ਗਿਆਨ ਭਰ ਲੂਗਾ। ਪੌੜੀ ਯਾ ਯੁਗਮ ਹੈ ਇੱਕ ਇੱਕ ਆਇਆ, ਇਹ ਯੁਗਮ ਹੈ ਹੁਣ ਦੱਸਿਆ, ਆਵਣ ਆਏ ਜਗਤ ਮੈਂ ਬਿਨ ਬੁੱਝੇ ਪਸ਼ੂ ਢੋਰ, ਜੇ ਬੁੱਝੇ ਨਹੀਂ ਪਸ਼ੂ ਰਹਿ ਗਏ, ਢੋਰ ਰਹਿ ਗਏ, ਡੰਗਰ ਰਹਿ ਗਏ, ਜੇ ਡੰਗਰ ਆਏ ਹੋਏ ਤੁਸੀਂ ਆਏ, ਚਾਰਾ ਪੱਠਿਆ ਚੁ ਗਿਆ ਬਸ ਠੀਕ ਹੈ, ਇਹ ਯੁਗਮ ਹੈ ਇੱਕ ਇੱਕ ਆਇਆ, ਤੇਰਾ ਇੱਕਾ ਨਹੀਂ ਹੋਇਆ ਚੇਤਰ।